अज जिवें साडे सारे भरा खड़े नेगे अज 2 लाख तो ट्रैक्टर प्लस हो जे तुसीं इह हिसाब लाओ लै 2-3 करोड़ का अज तेल फूकिया 2-3 करोड़ का तेल फूकिया अज पर जिहड़ा अज रोच मजारा दिखाया अज चंगी तरह सेंटर गौरमेंट नूं पता लग चुका किसानां दी एकता दा पर इत्थे थोड़ी नाराजगी एक चीज़ की पाई गई आ जिवें कि इधरों टिकरी मोर्चो साडा चले उत्थों थोड़ा जिहा जिवें कि साडे लोकां ने फैसला करिया वी असीं अग्गे होर जाणा है ਅੱਗੇ ਹੋਰ ਜਾਣਾ ਚਾਹੁੰਦੇ ਜੋ ਪਿੱਛੇ ਮੋੜਤਾ ਮੇਰੀ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਸਰਕਾਰਾਂ ਤੋਂ ਉਹਨੂੰ ਘਬਰਾਉਣ ਦੀ ਕੀ ਲੋੜ ਆ ਜਿਵੇਂ ਸਾਡੇ ਆਗੂ ਸਾਹਿਬਾਨ ਨੇ ਸਰਕਾਰਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਆਪਣੀ ਪਾਵਰ ਸਰਕਾਰ ਨੂੰ ਕਿਤੇ ਚੁੱਕਣੀ ਆ ਅੱਜ 2-3 ਲੱਖ ਟਰੈਕਟਰ ਤੋਂ ਵੱਧ ਮਾਮਾ ਹੋਵੇ ਘੱਟ ਨਹੀਂ ਹੈਗਾ ਇਸ ਕਰਕੇ ਨਾਰਾਜ਼ਗੀ ਸਾਡੇ ਲੋਕਾਂ ਦੇ ਵਿੱਚ ਇਹ ਪਾਈ ਗਈ ਆ ਮੈਂ ਪ੍ਰਧਾਨ ਸਾਹਿਬਾਨ ਵੀ ਮੇਰੀ ਟੋਟਲੀ ਹੀ ਵੀਡੀਓ ਵੀ ਦੇਖ ਲੈਂਦੇ ਨੇ ਮੈਂ ਉਹਨਾਂ ਨੂੰ ਇਹ ਗੱਲ ਵਾਰ ਵਾਰ ਕਹਿਣਾ ਚਾਹੁੰਦਾ ਵੀ ਜਿਵੇਂ ਅੱਜ ਮਾਰਚ ਕਰਿਆ ਅੱਜ ਹਰ ਇੱਕ ਟਰੈਕਟਰ ਮੈਨੂੰ ਲੱਗਦਾ ਵੀ ਟਿੱਕਰੀ ਮੋਰਚੋ ਚੱਲਿਆ ਹੋਊ ਜਿਹੜਾ ਹਜ਼ਾਰ 1500 ਦਾ ਟਰੈਕਟਰ ਤੇਲ ਖਾ ਗਿਆ ਹਜ਼ਾਰ 1500 ਦਾ ਹਰ ਇੱਕ ਟਰੈਕਟਰ ਤੇਲ ਖਾ ਗਿਆ ਉਹ ਨਾ ਬਾਈ ਜੀ ਆਰਾਮ ਨਾਲ ਇੰਨਾ ਟਰੈਕਟਰ ਸਾਰੇ ਆਰਾਮ ਨਾਲ ਤੇਲ ਖਾ ਗਏ ਵੀ ਜੇ 2 ਲੱਖ ਟਰੈਕਟਰ ਚੱਲਿਆ ਜਾਂ ਆਇਆ ਵੀ 2-3 ਕਰੋੜ ਦਾ ਅੱਜ ਤੇਲ ਜਿਹੜਾ ਫੂਕਿਆ ਗਿਆ ਇਸ ਕਰਕੇ ਪ੍ਰਧਾਨ ਸਾਹਿਬਾਨਾਂ ਨੇ ਸਮੇਂ ਜਿੰਨਾ ਉੱਧਰ ਚਲੋ ਮੋੜਤੇ ਸੀ ਉਹਨਾਂ ਦੀ ਗੱਲ ਮੰਨਦੇ ਸਾਰੀ ਮੰਨਣੀ ਪੈਂਦੀ ਆ ਕੋਈ ਗੱਲ ਨਹੀਂ ਆਗੂ ਸਾਹਿਬਾਨ ਨੇਗੇ ਅਸੀਂ ਚਾਹੁੰਦੇ ਹਾਂ ਵੀ ਜਲਦੀ ਜਿਹੜਾ ਇਹ ਵੋਟ ਜਿੱਤੀਏ ਅਸੀਂ ਸਾਡਾ ਜਿੱਤ ਵੱਲ ਵਧੀਏ ਤਾਂ ਕਰਕੇ ਥੋੜ੍ਹੀ ਜਿਹੀ ਮੇਰੀ ਬੇਨਤੀ ਹੁੰਦੀ ਆ ਵੀ ਲੋਕਾਂ ਦੀ ਜਿਵੇਂ ਲੋਕਾਂ ਦੀ ਆਵਾਜ਼ ਆ ਹਰ ਇੱਕ ਲੋਕਾਂ ਦੀ ਆਵਾਜ਼ ਆ ਨੂੰ ਲੋਕਾਂ ਦੀ ਆਵਾਜ਼ ਨੂੰ ਸਮਝਣਾ ਚਾਹੀਦਾ ਆਵਾਜ਼ ਸਮਝਣ ਅਨੁਸਾਰ ਵੀ ਲੋਕ ਕੀ ਕਹਿ ਰਹੇ ਨੇ ਲੋਕਾਂ ਦੀ ਗੱਲ ਮੰਨਣੀ ਚਾਹੀਦੀ ਆ ਇਸ ਕਰਕੇ ਸਾਡੇ ਚਾਹੁੰਦੇ ਸੀ ਜਿਵੇਂ ਥੋੜ੍ਹਾ ਜਿਹਾ ਅੱਗੇ ਵੱਲ ਵਧੀਏ ਹੁਣ ਜਿਵੇਂ ਇੱਥੇ ਪਿੱਛੇ ਸਾਡੇ ਬੈਰੀਕੇਡ ਲੱਗੇ ਪਏ ਨੇ ਸਾਡੇ ਆਗੂ ਸਾਹਿਬਾਨ ਖੜੇ ਨੇ ਉਹਨਾਂ ਨੇ ਕਹਿੰਦਾ ਪਿੱਛੇ ਮੁੜ ਜਾਓ ਚਲੋ ਅਸੀਂ ਇਸ ਚੀਜ਼ ਦਾ ਅਸੀਂ ਅਸੈਪਟ ਕਰਦੇ ਹਾਂ ਪਰ ਅਸੀਂ ਇਹ ਨਹੀਂ ਗੱਲ ਚਾਹੁੰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸ਼ਹਿਰ ਵੱਲ ਨੂੰ ਦਿੱਲੀ ਵੱਲ ਨੂੰ ਵਿੱਚ ਵੱਲ ਨੂੰ ਕੂਚ ਕਰਾਂਗੇ ਅਸੀਂ ਇਹ ਵੀ ਚਾਹੁੰਦੇ ਵੀ ਸਾਨੂੰ ਅੱਗੇ ਤੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਅਨੁਮਤੀ ਦਿੱਤੀ ਜਾਵੇ 26 ਤਰੀਕ ਤੋਂ ਪਹਿਲਾਂ 26 ਤਰੀਕ ਤੋਂ ਪਹਿਲਾਂ ਜੇ 2-3 ਗੇੜੇ ਸੀ ਦਿੱਲੀ ਦੇ ਵਿੱਚ ਦੇਤੇ ਨਾ ਦੋ ਗੇੜੇ ਵੀ ਦਿੱਲੀ ਦੇ ਵਿੱਚ ਦੇਤੇ ਅੱਜ ਤਾਂ 2-3 ਲੱਖ ਟਰੈਕਟਰ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੈਂ ਕਹਿੰਦਾ ਹਰਿਆਣੇ ਵਾਲੇ ਜਾਂ ਯੂਪੀ ਵਾਲੇ ਕਹਿੰਦੇ ਅਸੀਂ ਹੋਰ ਟਰੈਕਟਰ ਲੈ ਕੇ ਆਵਾਂਗੇ ਜੇ ਇੰਨੇ ਟਰੈਕਟਰ ਦੇ ਵਿੱਚ ਇੱਕ ਦਿਨ ਵੀ ਸਾਰੀ ਦਿੱਲੀ ਦੇ ਵਿੱਚ ਗੇੜਾ ਦਿੱਤਾ ਨਾ ਇੱਕ ਦਿਨ ਦੇ ਵਿੱਚ ਮੋਦੀ ਮੰਗਾ ਮੰਨ ਜੂਗਾ ਇਸ ਕਰਕੇ ਥੋੜ੍ਹੀ ਜਿਹੀ ਇਸ ਗੱਲ ਇਹ ਥੋੜ੍ਹੀ ਜਿਹੀ ਮੇਰੀ ਗੱਲ ਕਹਿਣੀ ਜ਼ਰੂਰੀ ਸੀਗੀ ਵੀ ਜਿਵੇਂ ਲੋਕਾਂ ਦੀ ਆਵਾਜ਼ ਨੂੰ ਸਮਝਣਾ ਚਾਹੀਦਾ ਸੀ ਜਿਹੜੀ ਸਾਡੀ ਮੇਰੀ ਮੇਨ ਗੱਲ ਕਹਿਣ ਦਾ ਸਾਡੇ ਸਾਰੇ ਭਰਾਵਾਂ ਦਾ ਇੱਕੋ ਹੀ ਕਾਰਨ ਹੈ ਵੀ ਜਿਹੜਾ ਅੰਦੋਲਨਾਂ ਨੂੰ ਲੰਮਾ ਨਾ ਲੈ ਕੇ ਜਾਓ ਕਿਉਂਕਿ ਜੇ ਅਸੀਂ ਲੰਮਾ ਲਾ ਕੇ ਜਾਵਾਂਗੇ ਸਰਕਾਰ ਵੀ ਕਹਿੰਦੀ ਹੈ ਵੀ ਅੰਦੋਲਨ ਲੰਮਾ ਜਾਵੇ ਅੰਦੋਲਨ ਲੰਮਾ ਜਾਣ ਦੇ ਨਾਲ ਅੰਦੋਲਨ ਠੰਡਾ ਪਊਗਾ ਪਰ ਹੁਣ ਅੰਦੋਲਨ ਬਹੁਤ ਜ਼ਿਆਦਾ ਗਰਮ ਆ ਅੰਦੋਲਨ ਨੂੰ ਲੰਮਾ ਨਾ ਲੈ ਕੇ ਜਾਓ ਅੰਦੋਲਨ ਨੂੰ ਗਰਮ ਕਰਕੇ ਦਿੱਲੀ ਦੀ ਸਮਾਰਕ ਹਿੱਕ ਤੇ ਲੋਕ ਸਭਾ ਵੱਲ ਹੁਣ ਵੀ ਅਸੀਂ ਜੇ ਸਾਨੂੰ ਕੱਲ੍ਹ ਨੂੰ ਕਹਿ ਦਿਓ ਕੱਲ੍ਹ ਨੂੰ ਵੀ ਅਸੀਂ ਕੂਚ ਕਰਨ ਨੂੰ ਤਿਆਰ ਹਾਂ ਆਪਣੀ ਕਿਸੇ ਵੀ ਤਰ੍ਹਾਂ ਦੀ ਆਪਣੀ ਜਿਹੜੀ ਪਾਵਰ ਆ ਉਹ ਘੱਟ ਨਹੀਂ ਹੈਗੀ ਸਰਕਾਰ ਨੂੰ 4 ਗੁਣਾ ਪਾਵਰ ਵੱਧ ਹੈ ਪ੍ਰਧਾਨ ਸਾਹਿਬਾਨਾਂ ਨੂੰ ਬੇਨਤੀ ਹੈ ਵੀ ਜਿਵੇਂ 26 ਤਰੀਕ ਨੂੰ ਕਾਲ ਦਿੱਤੀ ਆ ਵੀ 26 ਤਰੀਕ ਨੂੰ ਆਉਣ 26 ਤਰੀਕ ਤੱਕ 25 ਦਿਨ ਪਏ ਨੇਗੇ ਇਸ ਕਰਕੇ ਮੇਰੀ ਬੇਨਤੀ ਇਹੀ ਆ ਵੀ ਅੰਦੋਲਨ ਨੂੰ ਲੰਮਾ ਨਾ ਲੈ ਕੇ ਜਾਵੇ 21 ਦਿਨ ਪਏ ਨੇਗੇ ਵੀ ਅਸੀਂ ਅੰਦੋਲਨ ਨੂੰ ਲੰਮਾ ਨਾ ਲੈ ਕੇ ਜਾਓ ਅੰਦੋਲਨ ਨੂੰ ਜਿਹੜਾ ਤੇਜ਼ ਕਰੋ ਇਹੀ ਸਾਡਾ ਕਹਿਣ ਦਾ ਬਾਰ ਬਾਰ ਇਹੀ ਸਾਡਾ ਕਾਰਨ ਹੈ ਵੀ ਦਿੱਲੀ ਵੱਲ ਕੂਚ ਕੀਤੀ ਜਾਵੇ ਅੰਦੋਲਨ ਨੂੰ ਠੰਡਾ ਨਾ ਹੋਣ ਦਿੱਤਾ ਜਾਵੇ ਅੰਦੋਲਨ ਨੂੰ ਗਰਮ ਦਿੱਤਾ ਜਾਵੇ ਲੰਮਾ ਨਾ ਲੱਗ ਜਾਵੇ ਅਸੀਂ ਡੇਢ ਮਹੀਨੇ ਦਾ ਹੋ ਗਿਆ ਸਾਨੂੰ ਇੱਥੇ ਬੈਠੇ ਨੂੰ ਹੁਣੇ ਥੋੜੇ ਦਿਨਾਂ ਦੇ ਵਿੱਚ ਕੱਟਾ ਕੱਟੀ ਕੱਢ ਦਿਓ ਪ੍ਰਧਾਨ ਸਾਹਿਬਾਨ ਨੂੰ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਵੀ ਕੱਟਾ ਕੱਟੀ ਕੱਢ ਦਿਓ ਆਪਣੀ ਬਹੁਤ ਵੱਡੀ ਪਾਵਰ ਅੱਜ 3 ਲੱਖ ਦੇ ਆਸ-ਪਾਸ ਟਰੈਕਟਰ ਆ ਦਿੱਲੀ ਦੇ ਵਿੱਚ ਸਰਕਾਰ ਨੂੰ ਕਿੱਥੇ ਪਾਵਰ ਆ ਹੁਣ ਕੱਢ ਦਿਓ ਕੋਈ ਬੈਰੀਅਰ ਨਹੀਂ ਛੱਡਿਆ ਸਿਰਫ ਹੁਣ ਇੱਕ ਦਿੱਲੀ ਦਾ ਬੈਰੀਅਰ ਰਹਿ ਗਿਆ ਕੀ ਆਪਣੇ ਤੋਂ ਇਹ ਬੈਰੀਅਰ ਰਹਿ ਜੂਗਾ ਟੁੱਟਣ ਗੰਨੀਓ ਸੈਣ ਜੁੜੇ ਜਿੰਦਾਬਾਦ ਬਾਰ ਬਾਰ ਸਾਡੀ ਬੇਨਤੀ ਇਹੀ ਆ ਵੀ ਪ੍ਰਧਾਨ ਸਾਹਿਬਾਨ ਨੂੰ ਨੌਜਵਾਨਾਂ ਦੇ ਵਿੱਚ ਪੂਰਾ ਜਜ਼ਬਾ ਜੇ 45 ਹੋਰ ਚੀਜ਼ ਦਿਓਗੇ ਤਾਂ ਅਸੀਂ 45,000 ਵੀ ਚੀਜ਼ ਦੇ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਹੈਗੀ ਮੇਰੀ ਵੀਡੀਓ ਦਾ ਇਹੀ ਬਣਾਉਣ ਦਾ ਬਾਰ ਬਾਰ ਇਹੀ ਕਾਰਨ ਹੈ ਪ੍ਰਧਾਨ ਸਾਹਿਬਾਨ ਨੂੰ ਹੁਣ ਕੱਟਾ ਕੱਟੀ ਕੱਢ ਦਿਓ ਵੀ ਲੰਮਾ ਅੰਦੋਲਨ ਨਾ ਪਾਓ 26 ਤਰੀਕ ਤੋਂ ਬਾਅਦ ਫੇਰ ਕਿਤੇ ਅੰਦੋਲਨ ਠੰਡਾ ਪੈ ਜਾਊਗਾ ਹੁਣ ਠੰਡਾ ਪੈ ਜਾਊਗਾ ਥੋੜੇ ਦਿਨਾਂ ਦੇ ਵਿੱਚ ਦੁਬਾਰੇ ਫੇਰ ਮੈਂ ਬੇਨਤੀ ਕਰਦਾ ਜਿਵੇਂ ਆਪਣੇ 8 ਤਰੀਕ ਨੂੰ ਮੀਟਿੰਗ ਆ ਹੁਣ ਮੀਟਿੰਗ ਕਿਤੇ 8 ਤਰੀਕ ਨੂੰ ਆ ਕੱਲ ਨੂੰ ਆਉਣਾ 8 ਤਰੀਕ ਨੂੰ ਮੀਟਿੰਗ ਆ ਕੱਲ ਨੂੰ ਮੀਟਿੰਗ ਆ ਸਾਡੇ 8 ਤਰੀਕ ਨੂੰ ਕੱਲ ਨੂੰ ਮੀਟਿੰਗ ਆ 8 ਤਰੀਕ ਨੂੰ 8 ਤਰੀਕ ਤੋਂ ਬਾਅਦ ਸਾਨੂੰ ਕੱਲ ਨੂੰ ਫੇਰ ਨਵਾਂ ਪ੍ਰੋਗਰਾਮ ਦਿਓ ਜੀ ਸ਼ਹਿਰ ਵੱਲ ਵਧਾਂਗੇ ਅਸੀਂ ਸ਼ਹਿਰ ਵੱਲ ਲੋਕ ਸਭਾ ਵੱਲ ਵਧਾਂਗੇ ਅਸੀਂ ਖਾਲੀ ਰੋਡਾਂ 'ਤੇ ਜਾ ਕੇ ਕੀ ਕਰਨਾ ਪ੍ਰਧਾਨ ਸਾਹਿਬਾਨਾਂ ਤੋਂ ਅਸੀਂ ਕਿਸੇ ਵੀ ਗੱਲ ਤੋਂ ਬਾਹਰ ਨਹੀਂ ਹੈਗੇ ਸਾਡੇ ਆਗੂ ਸਾਹਿਬਾਨਾਂ ਤੋਂ ਪਰ ਬੇਨਤੀ ਸਾਡੀ ਇਹ ਆ
ਵੀ ਲੰਮਾ ਨਾ ਲੈ ਕੇ ਜਾਓ ਸੀ ਯਾਰ ਕਿੰਨਾ ਟਾਈਮ ਅਸੀਂ ਸੜਕ ਆਏ 5 ਮਹੀਨੇ ਹੋ ਗਏ ਅੰਦੋਲਨ ਚੱਲਦੇ ਨੂੰ ਭਾਈ 5 ਮਹੀਨੇ ਅੰਦੋਲਨ ਚੱਲਦੇ ਨੂੰ ਹੋ ਗਏ ਵੀ ਇਹੀ ਗੱਲ ਆ ਵੀ ਠੰਡਾ ਨਾ ਪਾਓ ਯਾਰ ਤੁਸੀਂ ਕਹਿੰਦੇ ਬੈਠੇ ਰਹੋ ਹਰ ਇੱਕ ਆਪਾਂ ਕੰਮ ਕਰਨ ਵਾਲੇ ਬੰਦੇ ਆ ਆਪਣੀ ਖੇਤੀਬਾੜੀ ਦਾ ਕੰਮ ਆ ਘਰਾਂ ਨੂੰ ਵੀ ਦੇਖਣਾ ਜਵਾਕ ਵੀ ਪਾਲਣੇ ਆ ਸਾਰਾ ਕੁਝ ਕਰਨਾ ਯਾਰ ਇਹਨੂੰ ਜਿਹੜਾ ਮਜ਼ਦੂਰ ਬੰਦੇ ਵੀ ਨੇ ਜਿਹਨਾਂ 3-3, 4-4 ਸੌ ਰੁਪਏ ਦਿਹਾੜੀ ਜਾਂਦੇ ਨੇ ਸਾਡੇ ਮਜ਼ਦੂਰ ਭਰਾ ਨੇ ਹੁਣ ਕੱਟਾ ਕੱਟੀ ਕੱਢ ਕੇ ਭਰਾ ਮਾਰੋ ਪ੍ਰਧਾਨ ਸਾਹਿਬਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਵੀ ਜ਼ਰੂਰ ਸਾਡੀ ਇਸ ਗੱਲ ਨੂੰ ਕਰੋ ਅੱਜ ਵੀਰੋ 3 ਲੱਖ ਟਰੈਕਟਰ ਆ ਸੜਕਾਂ ਤੇ 3 ਲੱਖ ਦਿੱਲੀ ਦੇ ਘਰ ਘਰ ਬਾਹਰਲੇ ਪਾਸੇ ਦੋ ਹਜ਼ਾਰ ਦਾ ਹੀ ਮੱਚਿਆ ਹੋਊਗਾ ਰਾਜਸਥਾਨ ਉਹ ਸਟੇਟਾਂ ਨੇ ਜਿਹੜੀਆਂ ਵੱਖਰੀਆਂ ਨੇ ਅਸੀਂ ਤਾਂ ਇਹੀ ਮੰਗ ਕਰਦੇ ਵੀ ਸਾਨੂੰ ਦਿੱਲੀ ਗਾਹ ਪਹੁੰਚਣ ਦੀ ਆਗਿਆ ਅਸੀਂ ਤੁਹਾਡੀ ਪ੍ਰਧਾਨ ਸਾਹਿਬਾਂ ਨੂੰ ਹਰ ਗੱਲ ਨੂੰ ਮੰਨਦੇ ਅਸੀਂ ਕੋਈ ਲੱਗ ਨਹੀਂ ਕਿਸੇ ਤਰ੍ਹਾਂ ਦਾ ਲੱਗ ਨਹੀਂ ਸਾਡੇ ਜਥੇਬੰਦੀ ਦੇ ਆਗੂਆਂ ਦੇ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਪਰ ਸਾਡਾ ਕਹਿਣ ਦਾ ਸੋਸ਼ਲ ਮੀਡੀਆ ਜ਼ਰੀਆ ਸਾਡੇ ਜ਼ਰੂਰ ਉਸ ਤੱਕ ਲੋਕ ਵੀ ਆਵਾਜ਼ ਪਹੁੰਚਾਉਣਗੇ ਵੀ ਪ੍ਰਧਾਨ ਸਾਹਿਬਾਨਾਂ ਨੂੰ ਬੇਨਤੀ ਵੀ ਦਿੱਲੀ ਦੇ ਵਿੱਚ ਕੂਚ ਕਰੋ ਦਿੱਲੀ ਨੂੰ ਬੰਦ ਕਰੋ ਦਿੱਲੀ ਦੀ ਧੌਣ ਤੇ ਗੋਡਾ ਧਰੋ ਲੋਕ ਸਭਾ ਵੱਲ ਪਹਿਲਾਂ ਵਧੋ 26 ਤਰੀਕ ਚ ਜੇ ਬਹੁਤ ਦਿਨ ਨੇ ਯਾਰ 26 ਦਾ ਬਾਈ ਲੋਕ ਉੱਪਰ ਜਾਣਗੇ ਟੰਗਾਲੇ ਪੰਜਾਬ ਚ ਵੀ ਬੈਠੇ ਸੀ ਉਹ ਜੇ ਇੱਥੇ ਬੈਠੇ ਕੋਈ ਗੱਲ ਆ ਸਰਕਾਰ ਵਾਸਤੇ ਅੱਜ ਦੇ ਕੋਈ ਬਹੁਤਾ ਫਰਕ ਨਹੀਂ ਹੈਗਾ ਇੱਥੇ ਬੈਠੇ ਤਾਂ ਪੰਜਾਬ ਦੇ ਬੈਠੇ ਸਰਕਾਰ ਨੂੰ ਇੱਕੋ ਹੀ ਗੱਲ ਆ ਸਾਡੀ ਬਸ ਇਹੀ ਮੰਗ ਆ ਬਾਰ ਬਾਰ ਵੀ ਕਿਲੋਮੀਟਰ ਵੀ ਵਾਧੇ ਸਰਕਾਰ ਨੂੰ ਪਤਾ ਲੱਗ ਜਾਂਦਾ ਇੱਧਰ 20 ਕਿਲੋਮੀਟਰ ਅੱਗੇ ਬੈਠੇ ਕਿਲੋਮੀਟਰ ਵੀ ਅੱਗੇ ਵਾਧੇ ਸਾਰਾ ਕੁਝ ਹਿੱਲ ਜਾਂਦਾ ਇੱਧਰ 20 ਵਾਗੇ 20 ਮੁੜਿਆ ਕੀ ਦਾ ਵਾ ਉਹ ਗੱਲ ਦਾ 40 ਕਿਲੋਮੀਟਰ ਟਰੈਕਟਰ ਚੱਲ ਗਏ ਤੇ ਸ਼ਹਿਰ ਨੂੰ 1 ਕਿਲੋਮੀਟਰ ਹੀ ਵਾਧੇ ਅਸੀਂ ਧਰਨਾ ਕਿਹਨੂੰ ਦਿਖਾਉਣਾ ਇੱਥੇ ਨਾ ਕੋਈ ਚਾਹ ਦੀ ਦੁਕਾਨ ਆ ਨਾ ਕੋਈ ਟਰੈਕਟਰ ਪੈਂਚਰ ਹੋ ਜੇ ਪੈਂਚਰ ਲਾਉਣ ਵਾਲਾ ਹੈ ਨਹੀਂ ਇੱਥੇ ਕਿਹਨੂੰ ਧਰਨਾ ਦਿਖਾਉਣਾ ਕੋਈ ਪ੍ਰਬੰਧ ਨਹੀਂ ਹੈਗਾ ਐਂਬੂਲੈਂਸਾਂ ਜ਼ਰੂਰ ਮਿਲਦੀਆਂ ਨੇ ਸਾਡੇ ਲਹਿਰ ਬਹੁਤ ਵੱਡੀ ਲਹਿਰ ਆ 3 ਲੱਖ ਟਰੈਕਟਰ ਆ ਮੈਂ ਪਾਰਟੀ ਬਾਰ ਬਾਰ ਗੱਲ ਕਰ ਰਿਹਾ ਜਿਹੜਾ ਸਾਡੇ ਨੌਜਵਾਨਾਂ ਦਾ ਜੋਸ਼ ਹੈ ਉਹਨੂੰ ਕਮਜ਼ੋਰ ਨਾ ਕਰੋ ਇਹੀ ਬੇਨਤੀ ਆ ਬਾਰ ਬਾਰ ਤੁਸੀਂ ਇੱਕ ਵਾਰੀ ਸਾਨੂੰ ਇਜਾਜ਼ਤ ਦੇ ਦਿਓ ਸਾਡੇ ਹੌਸਲੇ ਅੱਜ ਵੀ ਬੁਲੰਦ ਰਹੇ ਤੇ ਕੱਲ ਨੂੰ ਬੁਲੰਦ ਰਹਿਣਗੇ ਚਾਹੇ ਸਾਡੇ ਸ਼ਹੀਦੀਆਂ ਪੈ ਜਾਣ ਅਸੀਂ ਵਾਪਸ ਨਹੀਂ ਮੁੜਨਾ ਦਿੱਲੀ ਦਾ ਦੁਬਾਰਾ ਫਿਰ ਤਾਕਤ ਪੱਟ ਲਵਾਂਗੇ ਸ਼ੇਰ ਜੁੜਿਆ ਜਿੰਦਾਬਾਦ ਸ਼ੇਰ ਜੁੜਿਆ ਜਿੰਦਾਬਾਦ ਸ਼ੇਰ ਜੁੜਿਆ ਸਾਨਿਹਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਇੱਕ ਸਾਡੇ ਕਿਸਾਨ ਆਗੂਆਂ ਨੂੰ ਬੇਨਤੀ ਹੈ ਜੀ ਵੀ ਸਾਨੂੰ ਦਿੱਲੀ ਵੱਲ ਨੂੰ ਅੱਗੇ ਨੂੰ ਵਧਣ ਦੀ ਇਜਾਜ਼ਤ ਦਿਓ ਸਾਡਾ ਹੌਸਲਾ ਵਧੇ ਜੀ ਅੱਜ 7/1/2021 ਟਰੈਕਟਰ ਰੋਸ ਮਾਰਚ ਸੀਗਾ ਇਹ ਦਿੱਲੀ ਜਿਹੜਾ ਸੀ ਰੋਸ ਮਾਰਚ ਕੀਤਾ ਨਾ ਟਰੈਕਟਰਾਂ ਦਾ ਅੱਜ ਖਾਲੀ ਸੜਕ 'ਤੇ ਕੀਤਾ ਜੀ ਅੱਜ ਸ਼ਹਿਰ ਵੱਲ ਨੂੰ ਕਰੀਏ ਤਾਂ ਥੋੜ੍ਹੇ ਜਿਹੇ ਹੌਸਲੇ ਹੋਰ ਵਧਣਗੇ ਸਾਡੇ ਅੱਜ ਸਾਡੇ ਬੰਦਾ 'ਚ ਥੋੜ੍ਹੀ ਜਿਹੀ ਨਿਰਾਸ਼ਗੀ ਪੈਦਾ ਹੋਈ ਆ ਵੀ ਸ਼ਹਿਰ ਵੱਲ ਨੂੰ ਜਾਣਾ ਚਾਹੀਦਾ ਸੀ ਨਾ ਕਿ ਖਾਲੀ ਰੋਡਾਂ 'ਤੇ ਜੇ ਸ਼ਹਿਰ ਵੱਲ ਨੂੰ ਜਾਵਾਂਗੇ ਤਾਂ ਸਰਕਾਰ ਨੂੰ ਪਤਾ ਲੱਗੂਗਾ ਦਿੱਲੀਓਂ ਬੈਠੇ ਰੋਤ ਖਾਂਗੇ ਅਸੀਂ ਤਾਂ ਦਿੱਲੀ ਤੋਂ ਵਾਪਸ ਨੂੰ ਹੋ ਗਏ ਸੰਗੋ ਦੀ ਜਿੱਥੇ ਅੱਗੇ ਨੂੰ ਜਾਈਏ ਅੱਗੇ ਨੂੰ ਜਾਣ ਦੀ ਆਗਿਆ ਮੰਨਦੇ ਹਾਂ ਸਾਡੀਆਂ ਸ਼ਹੀਦੀਆਂ ਵੀ ਪੈ ਗਈਆਂ ਸਾਡੇ ਭਰਾਵਾਂ ਦੀਆਂ ਵੀ ਸਾਨੂੰ ਬਸ ਗਾਹਾਂ ਨੂੰ ਅੱਗੇ ਨੂੰ ਵਧਣ ਦੀ ਇਜਾਜ਼ਤ ਦੇ ਦਿਓ ਇੰਨਾ ਕੀ ਆ ਹੋਰ ਕੁਛ ਨਹੀਂ ਹਾਂ ਇਹ ਗੱਲ ਬਸ ਇੰਨਾ ਥੋੜ੍ਹਾ ਧਿਆਨ ਜ਼ਰੂਰ ਦਿੱਤਾ ਜਾਵੇ ਅੱਜ ਸਾਡੇ ਨੌਜਵਾਨਾਂ ਦਾ ਲੋਕਾਂ ਦਾ ਜੋਸ਼ ਇੱਕ ਗੱਲ ਜ਼ਰੂਰ ਕਹਿ ਰਿਹਾ ਮੇਰੀ ਬਾਤ ਦੁਬਾਰਾ ਫਿਰ ਮਿਲਦੀ ਬੇਨਤੀ ਕਰ ਲੱਗਦਾ ਦੁਬਾਰਾ ਫਿਰ ਬੇਨਤੀ ਹੈ ਵੀ ਅਸੀਂ ਦਿੱਲੀ ਦੀ ਟ੍ਰੈਫਿਕ ਦਿੱਲੀ ਨੂੰ ਜਾਮ ਕਰਨਾ ਚਾਹੁੰਦੇ ਹਾਂ ਦੇਖੋ ਬੇਸ਼ੱਕ ਇਸ ਗੱਲ ਮੰਨਣੀ ਪੈਣੀ ਕਿਸੇ ਬੰਦੇ ਨੂੰ ਆਪਣੀ ਪਾਵਰ ਬਹੁਤ ਜ਼ਿਆਦਾ ਆਪਣੀ ਪਾਵਰ ਕਿਸਾਨਾਂ ਦੀ ਇਹ ਚੀਜ਼ਾਂ ਤੋਂ ਕਿਉਂ ਘਬਰਾ ਰਹੇ ਨੇਗੇ ਇਹ ਲੋਕਾਂ ਦੇ ਵਿੱਚ ਬਹੁਤ ਵੱਡੇ ਨਰਾਜ਼ਗੀ ਪਾਈ ਗਈ ਪਰ ਮੈਂ ਹੱਥ ਬੰਨ ਕੇ ਮੇਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਨਰਾਜ਼ ਨਹੀਂ ਕਿਸੇ ਗੱਲੋਂ ਵੀ ਹੋਣਾ
ਜਿਵੇਂ ਹੁਣ ਸਾਡੇ ਵੀਰ ਕਿਸੇ ਗੱਲ ਤੋਂ ਨਾਰਾਜ਼ ਹੋ ਰਹੇ ਸੀ ਵੀ ਸਾਨੂੰ ਦਿੱਲੀ ਦੇ ਵਿੱਚ ਸਾਡੇ ਜਥੇਬੰਦੀ ਦੇ ਆਗੂ ਜਾਣ ਨਹੀਂ ਦਿੰਦੇ, ਉਸ ਗੱਲ ਤੋਂ ਵੀਰ ਬਣ ਕੇ ਹੱਥ ਬੰਨ ਕੇ ਮਿੰਟ ਵੀ ਨਾਰਾਜ਼ ਨਹੀਂ ਹੋਣਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਪ੍ਰਧਾਨ ਨਾਲ ਅਸੀਂ ਸਾਰਿਆਂ ਨੂੰ ਅਸੀਂ ਰੋਜ਼ ਹੀ ਕਹਿੰਦੇ ਹਾਂ ਵੀ ਦਿੱਲੀ ਵੱਲ ਅੱਗੇ ਨੂੰ ਲੋਕਾਂ ਨੂੰ ਵਧਣ ਦਿਓ, ਪਰ ਜੇਕਰ ਦਿੱਲੀ ਦੇ ਵਿੱਚ ਅਸੀਂ ਅੱਗੇ ਵਧਾਂਗੇ, ਟ੍ਰੈਫਿਕ ਜਾਮ ਕਰਾਂਗੇ, ਦਿੱਲੀ 'ਚ ਸਾਰਾ ਕੁਝ ਬੰਦ ਕਰਾਂਗੇ, ਤਾਂ ਦਿੱਲੀ ਫਿਰ ਹੀ ਮੰਗਾਂ ਮੰਨੂਗੀ। ਯਾਰ ਆਪਣੀ ਪਾਵਰ ਬਹੁਤ ਜ਼ਿਆਦਾ ਆ, ਪਰ ਸਾਡੇ ਪ੍ਰਧਾਨ ਸਾਹਿਬਾਨ ਨੂੰ ਇਹ ਗੱਲ ਦਾ ਪਤਾ ਨਹੀਂ ਲੱਗ ਰਿਹਾ। ਉਹਨਾਂ ਨੂੰ ਇਹ ਵੀ ਪਾਵਰ ਹੀ ਆਪਣੀ ਥੋੜ੍ਹੀ ਹੈ ਵੀ ਜਾਂ ਆਪਣੇ ਕੋਈ ਡਾਂਗ ਬਣਾ ਦੂ ਜਾਂ ਕਿਵੇਂ ਬਣਾ ਦੂ ਡਾਂਗ, ਟਰੈਕਟਰ 4x4 ਨੇਗੇ, ਕੋਈ ਰੋਕ ਕੇ ਦਿਖਾਵੇ, ਉੱਤੇ ਨਹੀਂ ਚੜ੍ਹਦਾ ਕਿਸੇ ਦੇ। ਯਾਰ ਸਾਰੇ ਜਿਵੇਂ ਹੁਣ ਅਸੀਂ ਕਿੰਨੀਆਂ ਕਰਵਾਉਣੀਆਂ, ਸਾਡੀਆਂ 40-45 ਸੀਟਾਂ ਹੋ ਚੁੱਕੀਆਂ ਨੇ ਇੱਥੇ, ਅਸੀਂ ਵੀ ਸੀਟਾਂ ਪਾਉਣ ਨੂੰ ਤਿਆਰ ਹਾਂ, ਪਰ ਕੱਟਾ ਕੱਟੀ ਦਾ ਕੱਢੋ, ਕੱਟਾ ਕੱਢੀ ਕੱਢੋ ਯਾਰ। ਹੁਣ ਇੰਨਾ ਟਾਈਮ, ਹੁਣ ਡੇਢ ਮਹੀਨੇ ਦਾ ਹੋ ਗਿਆ, ਡੇਢ ਮਹੀਨੇ ਤੋਂ ਲਗਭਗ ਵੱਧ ਹੀ ਹੋ ਗਏ ਦਿਨ, ਹੁਣ ਕੱਟਾ ਕੱਢੀ ਕੱਢ ਕੇ ਦੋ ਦਿਨਾਂ 'ਚ ਪਰਾਂ ਮਾਰੋ। 26 ਤਰੀਕ 'ਚ ਵੀ ਬਹੁਤ ਦਿਨ ਨੇਗੇ, 26 ਤਰੀਕ ਤੋਂ ਪਹਿਲਾਂ ਵੀ ਅਸੀਂ ਕੱਟਾ ਕੱਢੀ ਕੱਢ ਸਕਦੇ ਹਾਂ। ਮੇਰੀ ਹੱਥ ਬੰਨ ਕੇ ਬੇਨਤੀ ਜਿਹੜੀ ਇਹੀ ਆ ਸਾਡੇ ਜਥੇਬੰਦੀਆਂ ਨੂੰ ਜਾਂ ਹੋਰਾਂ ਨੂੰ, ਤੁਸੀਂ ਸਾਰੇ ਲੋਕ ਇਹ ਕਹਿਣਾ ਵੀ ਨਹੀਂ ਸਾਨੂੰ ਆਪ ਮਹਾਰੇ ਹੋਣਾ ਪਊਗਾ, ਅਸੀਂ ਆਪ ਮਹਾਰੇ ਵੀ ਹੋ ਜਾਵਾਂਗੇ। ਮੈਂ ਚਲੋ ਸਾਡੇ ਮਾਨਸਾ ਜਿਹੜੇ ਸਾਡੇ ਸਾਰੇ ਪੰਜਾਬ ਦੇ ਲੋਕ ਕਹਿੰਦੇ ਵੀ ਅਸੀਂ ਆਪ ਮਹਾਰੇ ਹੋ ਕੇ ਜੀ ਦਿੱਲੀ ਨੂੰ ਫਿਰ ਜਾਮ ਕਰਾਂਗੇ। ਇਹ ਗੱਲ ਵੀ ਜ਼ਰੂਰੀ ਆ ਵੀ ਮੈਂ ਤੁਸੀਂ ਕਾਲ ਕਹੀ ਸੀ ਅੱਜ ਉੱਥੇ ਪਿੱਛੋਂ ਬੈਰੀਕੇਡ ਲਾ ਕੇ ਮੋੜਤਾ, ਮੇਰੀ ਹੱਥ ਬੰਨ ਕੇ ਬੇਨਤੀ ਆ ਲੋਕਾਂ ਨੂੰ ਵੀ ਨਾਰਾਜ਼ਗੀ ਨਹੀਂ ਕਿਸੇ ਵੀ ਤਰ੍ਹਾਂ ਦੀ ਪਾਉਣੀ, ਆਪਾਂ ਇਕੱਠੇ ਹੋ ਕੇ ਰਹਿਣਾ। ਬਾਈ ਬੋਲ ਲਾ ਕੱਟ ਕੇ ਲਾ ਦੂ, ਕੱਟ ਕੇ ਲਾ ਦੂ। ਟ੍ਰੈਫਿਕ ਦੇਖ ਲਓ ਕਿੰਨੀ ਟ੍ਰੈਫਿਕ ਦਿੱਲੀ ਜਾਮ ਹੋ ਗਈ, ਉੱਧਰ ਆਪਣਾ ਟਰੈਕਟਰ 4x4 ਸਾਰੇ ਟੋਲ ਟੈਕਸ ਦੇ ਮੂਹਰੇ ਲਾਤੇ ਬੰਦ ਕਰਤੇ, ਉਹ ਤੁਸੀਂ ਦੇਖੋ ਤੇ ਨੌਜਵਾਨਾਂ ਜੋਸ਼, ਇੱਧਰੋਂ 4x4 ਜਿੱਥੋਂ ਜੀ ਕਰਦਾ ਉੱਥੋਂ ਟਰੈਕਟਰ ਮੋੜਦੇ ਨੇ ਆਪਣੇ ਵਾਲੇ, ਜਿੱਥੋਂ ਜੀ ਉਹ ਦੇਖੋ ਸਾਰਾ ਸਿਸਟਮ ਨਾਟ ਕਰਾਂ ਕਿਵੇਂ ਫਿਰਦੇ ਨੇ ਸਾਰੇ, ਉਹ ਸਾਰਾ ਰੋਡ ਉੱਧਰੋਂ ਦਿੱਲੀ ਸਾਰੀ ਟ੍ਰੈਫਿਕ ਬੰਦ ਕਰਤੀ ਅੱਜ, ਜੈ ਆਪਣਾ ਰੋਡ ਇੱਧਰੋਂ ਮੂਹਰੋਂ ਬੰਦ ਕਰਤਾ, ਇੱਧਰੋਂ ਆ ਕੇ ਉਹ ਬੰਦ ਕਰਤਾ, ਇਹ ਸਾਰਾ ਜਿਹੜਾ ਹੁਣ ਦਿੱਲੀ ਦਾ ਨਾਸੀ ਧੂੰਆਂ ਲਿਆਤਾ, ਨਾਸੀ ਧੂੰਆਂ ਪੰਜਾਬ ਅਤੇ ਹਰਿਆਣਾ ਦੇ ਅਤੇ ਸਾਡੇ ਰਾਜਸਥਾਨ ਦੇ ਵੀ ਸਾਡੇ ਭਰਾ ਨੇ, ਯੂਪੀ ਦੇ ਵੀ ਸਾਡੇ ਭਰਾ ਨਾਲ ਲੈ ਗਏ, ਨਾਸੀ ਧੂੰਆਂ ਲਿਆਤਾ ਪਿਆ। ਬਸ ਇੱਕ ਗੱਲ ਤੁਹਾਡੇ ਪੰਜਾਬ ਦੇ ਨੌਜਵਾਨਾਂ ਅੱਗੇ ਮੇਰੇ ਸਾਰਾ ਅੱਗੇ ਹੱਥ ਬੰਨ ਕੇ ਬੇਨਤੀ ਆ ਵੀ ਜਿਹੜੀ ਆਪਣੀ ਜਿੱਤ ਆ, ਜਿੱਤ ਆਪਣੀ ਪੱਕੀ ਆ, ਬਸ ਥੋੜ੍ਹੇ ਦਿਨਾਂ ਦੇ ਐਲਾਨ ਹੋਣਾ, ਬਾਕੀ ਐਵੇਂ ਜਿਕਰੂ ਦਿੱਲੀ ਦੇ ਨਾਸੀ ਧੂੰਆਂ ਲਿਆਉਂਦੇ ਰਹੋ। ਜੇ ਆਪਣੀ ਇਹ ਜਿੱਤ ਦਾ ਪੱਕੀ, ਆਪਣਾ ਪੰਜਾਬ ਪੂਰੀ ਦੁਨੀਆ ਪੂਰੇ ਭਾਰਤ ਦੇ ਰਾਜ ਕਰੂਗਾ, 100 ਸਾਲ ਅੱਗੇ ਵੱਧ ਜੂਗਾ ਜਦੋਂ ਕਾਨੂੰਨ ਸਾਰੇ ਮੰਨ ਕੇ ਚੱਲ ਵੀ ਕਾਨੂੰਨ ਖਾਰਜ ਕਰਾਤੇ। ਪੰਜਾਬ ਨੇ ਪਹਿਲਾਂ ਵੀ ਇਤਿਹਾਸ ਰਚੇ ਹੋਏ ਨੇ, ਇੱਕ ਨਵਾਂ ਇਤਿਹਾਸ, ਹੁਣ ਤੁਹਾਨੂੰ ਪਤਾ ਵੀ ਜਿਹੜਾ ਆਪਣਾ 5-6 ਮਹੀਨਿਆਂ ਤੋਂ ਆਪਣਾ ਘੋਲ ਚੱਲ ਰਿਹਾ ਲਗਾਤਾਰ, ਇਹ ਸਾਰਾ ਘੋਲ ਦੇ ਹੁਣ ਬਹੁਤ ਜਲਦੀ ਜਿਹੜਾ ਫੈਸਲਾ ਹੁਣ ਹੋਣ ਵਾਲਾ ਹੀ ਆ, ਨੇੜੇ ਹੀ ਆ ਹੁਣ ਦਿੱਲੀ ਦੇ, ਕਿਉਂਕਿ ਦਿੱਲੀ ਦੇ ਲੋਕ ਹੁਣ ਆਪ ਚਿੱਠੀਆਂ ਲਿਖ ਰਹੇ ਨੇ ਪ੍ਰਸ਼ਾਸਨ ਨੂੰ ਵੀ ਜਲਦੀ ਜਲਦੀ ਕਿਸਾਨਾਂ ਦਾ ਹੱਲ ਕੀਤਾ ਜਾਵੇ, ਇਸ ਕਰਕੇ ਉਹ ਸਾਰਾ ਹਾਈਵੇ ਅੱਜ ਬੰਦ ਹੈ। ਇਸ ਤਰ੍ਹਾਂ ਹੁਣ ਅਸੀਂ ਰੋਜ਼ ਹਾਈਵੇ ਰੋਜ਼ ਸੜਕਾਂ ਬੰਦ ਕਰਿਆ ਕਰਾਂਗੇ, ਰੋਜ਼ ਦਾ ਸਾਡਾ ਕੰਮ ਰਹੂਗਾ। ਇਸ ਤੋਂ ਬਾਅਦ ਦਿੱਲੀ ਦਾ ਸੜਕਾਂ ਮੇਨ ਜਿਹੜਾ ਵਿੱਚ ਵੀ ਵੜਨਗੇ, ਹੁਣ ਅੱਜ ਵੀ ਸਾਡਾ ਘੱਟੋ ਘੱਟ ਮੈਂ ਕਹਿੰਦਾ 200-300 ਟਰੈਕਟਰ ਵੱਧ ਪਾਵਾਂ, 2-3 ਹਜ਼ਾਰ ਟਰੈਕਟਰ ਪਾਵਾਂ ਵਿੱਚ ਦਿੱਲੀ ਦੇ ਬਾਗਾਂ, ਅੱਜ ਵੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਟਰੈਕਟਰ ਗਏ ਨੇ। ਹਰਿਆਣਾ ਦਾ ਭਾਈਚਾਰਾ ਕਿਵੇਂ ਨਾਲ ਆ, ਇੱਧਰ ਨਿਗਾਹ ਮਾਰ ਲਓ, ਟਰੈਕਟਰ ਆਈ ਜਾਂਦੇ ਨੇ, ਇੱਥੇ ਸਾਡਾ ਟਰੈਕਟਰ ਖੜਿਆ ਨੂੰ ਕਾਫੀ ਟਾਈਮ ਹੋ ਗਿਆ ਸੀ ਇੱਥੇ ਖੜਿਆ, ਮੈਂ ਕਿਹਾ ਦੇਖ ਰਹੀਏ ਪਿੱਛੋਂ ਕਿੰਨਾ ਆ ਜਾਊਗਾ, ਪਿੱਛੋਂ ਇੰਨਾ ਕੁ ਜ਼ਿਆਦਾ ਵੀ ਮੈਂ ਕਹਿੰਦਾ 2 ਘੰਟਾ ਹੋ ਗਿਆ ਟਰੈਕਟਰ, 2 ਘੰਟੇ ਟਰੈਕਟਰ ਲੰਘਦਿਆਂ ਨੂੰ, ਹਰ ਤੱਕ ਟਰੈਕਟਰ ਖਤਮ ਨਹੀਂ ਹੋਏ, ਟਰੈਕਟਰ ਲੰਘੀ ਫਿਰਦੇ, ਉਹ ਰੋਡ ਆਹ ਰੋਡ ਆਹ ਥੱਲੇ ਵਾਲਾ ਰੋਡ। ਇਸ ਕਰਕੇ ਅੱਜ ਬਹੁਤ ਵੱਡਾ ਜੋਸ਼ ਆ ਨੌਜਵਾਨਾਂ ਦੇ ਵਿੱਚ, ਬਹੁਤ ਵੱਡਾ, ਸਾਡੇ ਬਜ਼ੁਰਗਾਂ 'ਚ ਵੀ ਬਹੁਤ ਵੱਡਾ ਜੋਸ਼ ਆ, ਨੌਜਵਾਨਾਂ 'ਚ ਵੀ ਬਹੁਤ ਵੱਡਾ ਜੋਸ਼ ਹੈ। ਬਾਕੀ ਤੁਹਾਨੂੰ